ਇਹਦਾ ਤੇ ਇਹਦਾ ਗੰਡੇ ਦਾ ਹਜੇ ਬਹੁਤ ਫਰਕ ਆ। ਉਹਨੇ ਗੰਡਾ ਹਜੇ ਬਣਾਉਣਾ ਸ਼ੁਰੂ ਕਰਨਾ, ਇਹ ਬਣਾਈ ਖੜਿਆ ਤੇ ਤੁਹਾਨੂੰ ਦਿਖਾਇਆ, ਕੋਈ ਫਰੋੜ ਕੇ ਦੇਖ ਲਓ, ਇਹ 12 ਮਣ ਸ਼ਾਜੀ ਲੱਗੇਗਾ ਕਿੱਲੇ, ਹਾਂਜੀ 12 ਮਣ, ਇਹ 20 ਮਣ, ਇਹ ਕੁਛ ਹੋਰ ਆ। ਦੇਖੋ ਆਉਣ ਵਾਲਾ ਵਕਤ ਕੀ ਕਰੇਗਾ, ਇੱਕ ਤੁਸੀਂ ਅੱਜ 20 ਲੱਖ ਦਾ ਲੈ ਕੇ ਲਾ ਲਓਗੇ, ਕੱਲ ਨੂੰ 20 ਲੱਖ ਦਾ ਕਿੱਲਾ ਨਾ ਵਿਕੇ ਤੇ ਸਿਰਫ ਪੜਨ ਨੂੰ ਆਓਗੇ। ਕਾਰੋਬਾਰ ਉਹ ਕਰੋ ਜਿਹਦੇ ਤੁਹਾਨੂੰ ਆਸਾਨੀ ਹੋ ਜਾਏ। ਥਾਈਲੈਂਡ ਆ, ਠੀਕ ਹੈ, ਇਹ ਕਿੰਨੇ ਦਾ ਬਣੇਗਾ, ਇਹ ਜ਼ਿਆਦਾ ਤੋਂ ਜ਼ਿਆਦਾ ਕਿੰਨੇ ਦਾ ਬਣ ਰਿਹਾ ਇਹ 12 ਮਣ 20,000 ਨੂੰ ਆ, 2,40,000 ਦਾ ਬੰਦਾ ਅਫੋਰਡ ਕਰ ਸਕਦਾ। ਅਸੀਂ ਅਫੋਰਡ ਕਰਾਂਗੇ ਇਹਨੂੰ, ਇਹਨੂੰ ਅਫੋਰਡ ਨਹੀਂ ਕਰਾਂਗੇ। ਇਹ ਮੈਂ ਖੁਦ 16 ਲੱਖ ਰੁਪਇਆ ਦਾ ਲੈ ਕੇ ਲਾਇਆ ਹੋਇਆ, ਖੁਦ 1 ਲੱਖ ਰੁਪਇਆ ਤੋਂ ਮਨ ਲਾਇਆ ਹੋਇਆ, ਲੇਕਿਨ ਕਿਵੇਂ ਅਫੋਰਡ ਕਰਾਂਗੇ? ਅੱਜ ਨਹੀਂ ਵਿਕੇ ਮੈਂ ਕਿੱਥੇ ਲੈ ਜਾਵਾਂਗਾ? ਥੋੜ੍ਹਾ ਲਾਓ, ਇਹ ਜ਼ਿਆਦਾ ਲਾਓ, ਔਰ ਇਨਸ਼ਾਅੱਲਾ ਸੇਲ ਹੋ, ਸੇਲ ਮਾਰਕੀਟ ਹੋ ਨਾ, ਬਿਲਕੁਲ ਮਾਰਕੀਟ ਆ ਜਾਓ। ਹੋਰ ਇਹ ਨਹੀਂ, ਮੈਂ ਤੁਹਾਨੂੰ ਬੁਲਾ ਲਵਾਂਗਾ, ਅੱਗੇ ਮੇਰੇ ਕੋਲ ਹੋਏ ਕੋਈ ਸ਼ਾਇਦ ਮੈਂ ਦਿਖਾਉਣ ਨੂੰ। ਜ਼ਮੀਨ ਦੇ ਅੰਦਰ ਤਿਆਰ ਹੋ ਰਿਹਾ ਆਪਣਾ, ਪਿਆ ਰਹੇਗਾ ਸੁੱਕੇ ਤੇ ਰਿਹਾ ਹੈ। ਹੈਂ, ਇਹ 2 ਘੰਟੇ ਆ ਨਾ, ਦੋਵੇਂ ਬਰਾਬਰ ਪਏ ਆ, ਇਹ ਬੀਜ ਕਾ ਤਾਂ ਸਰ ਦੇਖਦੇ ਜੀ। ਹਾਂ, ਮਾਸ਼ਾਅੱਲਾ, ਅੱਲਾਹ ਤਾਲਾ ਖਿਆਲ ਕਰੇ ਤੁਹਾਡੇ। ਭੂਖ ਦੇਖੋ, ਗੰਡਾ ਦੇਖੋ, ਦੇਖ ਰਹੇ ਹੋ, ਦੇਖਦਾ ਵੀ ਇਸ ਤਰ੍ਹਾਂ ਹੋ ਗਿਆ। ਥੋੜਾ ਜਿਹਾ ਹਾਰਾ, ਜ਼ਿਆਦਾ ਪੀ ਲੋਗੇ ਨਾ, ਥੋੜਾ ਹਾਰਾ ਦੇਖ ਰਹੇ ਜੀ, ਲੇਕਿਨ ਅਸੀਂ ਹਜੇ ਵੀ ਕੱਚਾ ਹੈ, ਇਹ ਅਸੀਂ ਪੱਟਾਂਗੇ, ਉਸ ਤੇ ਟਾਈਮ ਆ ਗਿਆ। ਇਹ ਪਾਟ ਕੇ ਅੱਜ ਮੰਡੀ ਸੀ ਬੁਲਾਈ, ਹੋ ਸਕਦਾ, ਹੋ ਸਕਦਾ ਇਹ ਕਿੰਨੇ ਦਾ ਰੇਟ ਨਹੀਂ, ਲੇਕਿਨ ਵੇਚ ਦੇਗਾ, ਰੇਟ ਦੇ ਵਜ਼ਨ ਦੇਗਾ, ਰੇਟ ਨਹੀਂ ਦੇਗਾ। ਹਾਂਜੀ, ਮਤਲਬ ਅੱਜ ਇਸ ਦਾ ਕੀ ਰੇਟ ਚੱਲਦਾ ਪਿਆ? ਤਕਰੀਬਨ 1800-1900 ਦੀ ਜਾਲੀ ਚੱਲਦੀ, 20 ਕਿਲੋ ਦੀ ਘੱਟ ਥੋੜ੍ਹੀ। ਬੀਜ ਵਗੈਰਾ ਰੱਖ ਲਾ ਵੀ, ਮਤਲਬ ਕਿ ਪਾਣੀ ਖੁਸ਼ਕ ਨੀ ਹੋਣਾ, ਪਾਣੀ ਖੁਸ਼ਕ।